ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਨ ਸਾਡੀ ਧਰਤੀ ਸਾਡੇ ਲੋਕ ਅੱਜ 30 ਅਗਸਤ 2023 ਹੜਾਂ ਦੀ ਮਾਰ ਲਗਾਤਾਰ جاری ਹੈ ਕਰੀਬ 60 ਦਿਨ ਹੋ ਗਏ ਆ 2 ਮਹੀਨੇ ਦੇ ਕਰੀਬ ਤੁਸੀਂ ਘਰਾਂ ਦੇ ਹਾਲਾਤ ਦੇ ਸਕਦੇ ਹੋ ਘਰਾਂ ਦੇ ਹਾਲਾਤ ਕੀ ਹੈ ਬੇਸ਼ੱਕ ਦੀ ਅੱਜ ਪਾਣੀ ਇੱਥੇ ਘਟ ਗਿਆ ਪਿੰਡ ਆਲੇ ਵਾਲੇ ਦਾ ਰਕਬਾ ਹੈਗਾ ਤਹਿਸੀਲ ਜੀਰਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਹੈਗਾ ਹਾਲਾਤ ਤੁਸੀਂ ਦੇਖ ਸਕਦੇ ਹੋ ਡਰੋਨ ਦੇ ਰਾਹੀਂ ਬੇਸ਼ੱਕ ਦੀ ਹਾਲਾਤ ਸੁਧਰ ਗਏ ਆ ਲੇਕਿਨ ਪਿਛਲੇ 60 ਦਿਨਾਂ ਦੇ ਵਿੱਚ ਲਗਾਤਾਰ ਤਿੰਨ ਵਾਰ ਜਿਹੜੇ ਪਾਣੀ ਨੇ ਭਾਰੀ ਬਰਬਾਦੀ ਕੀਤੀ ਇਸ ਇਲਾਕੇ ਦੀ ਤਸਵੀਰਾਂ ਤੁਹਾਨੂੰ ਅਸੀਂ ਕਰਾਂ ਦੇ ਹਾਲਾਤ ਸਾਰੇ ਵਿਖਾਵਾਂਗੇ ਕੰਦਾ ਵੀ ਵਿਖਾਵਾਂਗੇ ਤੁਹਾਨੂੰ ਜੋ ਇੱਥੇ ਮਕਾਨਾਂ ਦੀ ਹਾਲਤ ਜੋ ਵੀ ਹੈਗੀ ਏ ਉਹ ਵੀ ਤੁਹਾਨੂੰ ਵਿਖਾਵਾਂਗੇ ਅਸੀਂ ਮਕਾਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਜੋ ਮਕਾਨਾਂ ਦੇ ਹਾਲਾਤ ਹੋਏ ਆ ਛੱਤਾਂ ਡੇਗੀਆਂ ਮਕਾਨਾਂ ਦੀਆਂ ਜਿਹੜੀਆਂ ਬਾਲਿਆਂ ਤੇ ਜਿਹੜੇ ਛੱਤਾਂ ਸੀ ਕਮਰੇ ਸੀਗੇ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਕਰਾਂ ਦੇ ਲਾ ਤੁਸੀਂ ਵੇਖ ਸਕਦੇ ਹੋ ਗੇਟ ਦੇਖ ਸਕਦੇ ਹੋ ਇਸ ਘਰ ਦੇ ਵਿੱਚੋਂ ਕ੍ਰੋਸ ਕਰਦਾ ਰਿਹਾ ਲਗਭਗ 4-5 ਫੁੱਟ ਲਗਾਤਾਰ ਪਾਣੀ ਜਿਹੜਾ ਕ੍ਰੋਸ ਕਰਦਾ ਰਿਹਾ ਇੱਕ ਸਾਈਡ ਤੋਂ ਲੈ ਕੇ ਦੂਸਰੀ ਸਾਈਡ ਤੱਕ ਦਰਵਾਜ਼ੇ ਵਾਲੀ ਸਾਈਡ ਤੇ ਜਿਹੜਾ ਪਾਣੀ ਕ੍ਰੋਸ ਕਰਦਾ ਰਿਹਾ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਵਾਰੀ ਤੁਹਾਨੂੰ ਅਸੀਂ ਹੋਰ ਨੇੜਿਓਂ ਕਰਕੇ ਤਸਵੀਰਾਂ ਵਿਖਾ ਦਿੰਨੇ ਆਂ ਵੀ ਇਸ ਜਿਹੜਾ ਕਮਰੇ ਦੇ ਕੀ ਹਾਲਾਤ ਰਹੇ ਹੋਣਗੇ ਜਿਹੜੇ ਪਿਛਲੇ ਦਿਨਾਂ 'ਚ ਕਰੀਬ ਜਿਹੜਾ 60 ਦਿਨ ਪਾਣੀ ਇਸ ਇਲਾਕੇ ਦੇ ਵਿੱਚ ਰਿਹਾ ਜਿਹੜੀਆਂ ਉਤੋਂ ਜਿਹੜੇ ਬਾਲੇ ਸਿਓ ਗਿਰ ਗਏ ਆ ਟੈਲਾਂ ਗਿਰਗੀਆਂ ਨੇ ਤੇ ਜਿਹੜਾ ਥੱਲੇ ਤੁਸੀਂ ਦੇਖ ਸਕਦੇ ਜਿਹੜਾ ਫਰਸ਼ ਹੈਗੀ ਏ ਜਿਹੜੀ ਬੇਸ਼ਾਦੀ ਦੀ ਮਿੱਟੀ ਦੀ ਸੀ ਲੇਕਿਨ ਤੁਸੀਂ ਦੇਖ ਸਕਦੇ ਹਾਲਾਤ ਦੇਖ ਸਕਦੇ ਹੋ ਕਮਰਿਆਂ ਦੇ ਕੀ ਹਾਲਾਤ ਰਏ ਹੋਣਗੇ ਔਰ ਪਰਿਵਾਰ ਤੇ ਕੀ ਗੁਜ਼ਰੀ ਹੋਊਗੀ ਇਸ ਇਲਾਕੇ ਤੇ ਕੀ ਗੁਜ਼ਰੀ ਹੋਊਗੀ ਬੇਸ਼ਾਦੀ ਹੁਣ ਥੋੜਾ ਹਾਲਾਤ ਆਪਾਂ ਅੱਜ ਦੀ ਗੱਲ ਕਰਦੇ ਆ ਸੁਧਰ ਗਿਆ ਲੇਕਿਨ ਬੜੇ ਵੱਡੇ ਪੱਧਰ ਤੇ ਜਿਹੜਾ ਇਹ ਨੁਕਸਾਨ ਹੋਇਆ ਫਸਲਾਂ ਦਾ ਮਕਾਨਾਂ ਦਾ ਘਰਾਂ ਦਾ ਪਸ਼ੂਆਂ ਦਾ ਅ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਕੀ ਨਾਮ ਆਪਣਾ ਸਤਨਾਮ ਸਿੰਘ ਜੀ ਇਹ ਪਿੰਡ ਆਲੇ ਵਾਲਾ ਜੀ ਹਾਂ ਜੀ ਪਿੰਡ ਆਲੇ ਵਾਲਾ ਹੀ ਅੱਛਾ ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਸੀ ਕਾਬਲ ਸਿੰਘ ਕਾਬਲ ਸਿੰਘ ਹਾਂ ਜੀ ਅੱਛਾ ਇਹ ਕੀ ਹਾਲਾਤ ਰਏ ਆ ਵੀਰ ਜੀ ਅਸੀਂ ਤਸਵੀਰਾਂ ਵੀ ਵੇਖੀਆਂ ਤੁਸੀਂ ਦੱਸੋ ਆਪਣੇ ਇਹ ਸਰ ਡੇਢ ਪਹਿਲਾਂ ਡੇਢ ਮਹੀਨਾ ਇੱਕ ਪਹਿਲਾਂ ਨਾ ਫੇ ਪਾਣੀ ਆਇਆ ਸੀ ਉਦੋਂ ਮਾਰਨਾ ਸਾਰੇ ਕਮਰੇ ਕੋਲੇ ਪੈ ਗਏ ਤੇ ਹੁਣ ਆ ਜਿਹੜਾ 18 ਤਰੀਕ ਨੂੰ ਫੇਰ ਆਇਆ ਪਾਣੀ ਵੰਦੇਣਾ ਤੀਸਰੀ ਵਾਰ ਪਾਣੀ ਆ ਜੀ ਇਹਨੇ ਕਰਕੇ 3-3 ਫੁੱਟ ਵੇਲੀ ਜੇ ਇਧਰੋਂ ਚੜ੍ਹਦੇ ਬੰਨੋਂ ਲੈnde ਬੰਨੋਂ ਵਗਦਾ ਰਿਹਾ ਤੇ ਇਹਦੇ ਕਾਰਨ ਸਾਰੇ ਕੰਧਾਂ ਕਮਰੇ ਸਾਰੇ ਪਾੜ ਗਏ ਜੀ ਕੋਈ ਸਰਕਾਰ ਵੱਲੋਂ ਸਾਨੂੰ ਸਹੂਲਤ ਦਿੱਤੀ ਜਾਵੇ ਮਦਦ ਕੀਤੀ ਜਾਵੇ ਠੀਕ ਹੈ ਜੀ ਹਾਂਜੀ ਮਜ਼ਦੂਰੀ ਵਗੈਰਾ ਕਰਦੇ ਵੀ ਜੀ ਹਾਂਜੀ ਮਜ਼ਦੂਰੀ ਜਰਾ ਬਸ ਇਹ ਆਪਣਾ ਆਹੋ ਹੀ ਆ ਥਾਂ ਜਿਹੜਾ ਘਰ ਲਾਇਆ ਕੋਈ ਆਪਣਾ ਕੋਈ ਜ਼ਮੀਨ ਜਮੂਨ ਕੁਝ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਪਾਣੀ ਆਇਆ ਸੀ ਜਦੋਂ ਦੋ ਵਾਰ ਅੱਗੇ ਪਾਣੀ ਆਇਆ ਉਹ ਤਾਂ ਬਚਾਅ ਹੋ ਗਿਆ ਸੀ ਬਸ ਸਰ ਉਦੋਂ ਬਚਾਅ ਹੋ ਗਿਆ ਪਰ ਸਰ ਹੁਣ ਤੇ ਕਮਰੇ ਦੇ ਤੇ ਤੰਬੂ ਲਾ ਕੇ ਬੈਠੇ ਰਹੇ ਬਹੁਤ ਜ਼ਿਆਦਾ ਮੁੜ ਕੇ ਮੁਸ਼ਕਲ ਨਾਲ ਕਮਰੇ ਜਨੂੰ ਪਾੜਦੇ ਜਾਂਦੇ ਬਾਅਦ ਚ ਫਿਰ ਅਸੀਂ ਬਹੁਤ ਮੁਸ਼ਕਲ ਨਾਲ ਬੱਚੇ ਆ ਕੱਢੇ ਆਪਣੇ ਮਹਿਕਮਾ ਆਇਆ ਸੀ ਉਹਨਾਂ ਕੱਢੇ ਬੱਚੇ ਠੀਕ ਹੈ ਤੇ ਪਸ਼ੂ ਡੰਗਰ ਜੀ ਪਸ਼ੂ ਡੰਗਰ ਸਰ ਉਧਰ ਬੱਜੇ ਆ ਪਾਰ ਬੰਦ ਤੇ ਬੱਜੇ ਹਾਂਜੀ ਠੀਕ ਹੈ ਪਿੰਡ ਫੱਤੇ ਵਾਲੇ ਚ ਹਾਂਜੀ ਫੱਤੇ ਵਾਲੇ ਚ ਬੰਦ ਤੇ ਉੱਤੇ ਬੈਠੇ ਪਰਿਵਾਰ ਚ ਕੌਣ ਕੌਣ ਵੀਰ ਜੀ ਪਰਿਵਾਰ ਚ ਚਾਰ ਤੇ ਦੋ ਲੜਕੇ ਆ ਤੇ ਇੱਕ ਮੇਰੀ ਭੈਣ ਇੱਥੇ ਰਹਿੰਦੀ ਹੁੰਦਾ ਪਤੀ ਹੋਇਆ ਮਤਲਬ ਉਹਨਾਂ ਦੇ ਵੀ ਬੱਚੇ ਇੱਥੇ ਆ ਉਹਨਾਂ ਨੂੰ ਉਹਨੂੰ ਪਾਲਣਾ ਪੈਂਦਾ ਵਾ ਤੇ ਆਪਦੇ ਪਰਿਵਾਰ ਨੂੰ ਸਾਰਿਆਂ ਨੂੰ ਸਾਹਮਣਾ ਪੈਂਦਾ ਇੱਕ ਮਾਤਾ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਉਹ ਪਰਿਵਾਰ ਉੱਥੇ ਪੱਤੇ ਵਾਲੇ ਬੈਠਾ ਹੈ ਹਾਂਜੀ ਐ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਤੁਸੀਂ ਸਾਸਨ ਤੋਂ ਇਹੋ ਮੰਗੇ ਦੀ ਸਾਡੀ ਕੋਈ ਸਿਹੁਰਤ ਕੀਤੀ ਜਾਵੇ ਠੀਕ ਹੈ ਹਾਂਜੀ ਠੀਕ ਹੈ ਕਿੰਨੇ ਕਮਰੇ ਵਿਜਿਟ ਜਿਹਨਾਂ ਨੂੰ ਨੁਕਸਾਨ ਹੋਇਆ ਸਰ ਇਹ ਨਾ ਉਧਰ ਬਰਾੰਦਾ ਸਾਰਾ ਡਿੱਗਾ ਇੱਕ ਕਮਰਾ ਪਾੜ ਗਿਆ ਬਾਕੀ ਸਾਰੇ ਆਹ ਕਮਰੇ ਪਾੜ ਗਏ ਤੁਸੀਂ ਉਹ ਦੇਖ ਲੈ ਸਾਹਮਣੇ ਅੰਦਰੋਂ ਵਗ ਗਿਆ ਪਿੱਛੋਂ ਪਾੜ ਗਿਆ ਪੂਰਾ ਵਗ ਗਿਆ ਜੀ ਇੱਥੇ ਹਾਂਜੀ ਫੁੱਲ ਵਗਦਾ ਰਿਹਾ ਸਾਰ ਇੱਥੇ ਤਿੰਨ ਤਰ ਫੋਟਾ ਠੀਕ ਹੈ ਹਾਂਜੀ ਕੰਬਿਆਂ ਦੀ ਠੀਕ ਹੈ ਹਾਂਜੀ ਠੀਕ ਹੈ ਪ੍ਰਸ਼ਾਸਨ ਤਾਂ ਸਮਾਜ ਸੇਵੀ ਤੁਸੀਂ ਮੰਗ ਕਰਦੇ ਹੋ ਵੀ ਸਾਡੀ ਬਾਹ ਫੜੀ ਜਾਵੇ ਹਾਂਜੀ ਸਰ ਇਹਦੇ ਗਰੀਬ ਪਰਿਵਾਰ ਆ ਨਹੀਂ ਇੰਨਾ ਕਿ ਕਿੱਥੇ ਮਲਣਾ ਅੱਗੇ ਮੌਤ ਮੁਸ਼ਕਲ ਨਾ ਬਣਿਆ ਬਣਾਇਆ ਹਾਂ ਹਾਂਜੀ ਸੋ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਬਾਈ ਜੀ ਉਹਨਾਂ ਨਾਲ ਪ੍ਰਸ਼ਾਸਨ ਨੂੰ ਤਾਂ ਹਾਲਾਂਕਿ ਪੂਰਾ ਪਤਾ ਹਕੀਕਤਤ ਜੋ ਵੀ ਹੈਗਾ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਜਾਂ ਦੂਸਰੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਵੀ ਮੰਗ ਕੀਤੀ ਹੈ ਕਿ ਹੁਣ ਇੱਥੇ ਸਾਨੂੰ ਜਿਹੜਾ ਸਰਵੇਖਣ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਜਾਇਜੇ ਲੈਣ ਦੀ ਲੋੜ ਨਹੀਂ ਹੈਗੀ ਜਿੰਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਘਰ ਨੁਕਸਾਨੇ ਗਏ ਆ ਪਸ਼ੂ ਨੁਕਸਾਨੇ ਗਏ ਆ ਜਾਂ ਜਿਨ੍ਹਾਂ ਦੇ ਕੋਈ ਜੀ ਚਲੇ ਗਏ ਨੇ ਪਾਣੀਆਂ ਦੇ ਵਿੱਚ ਵੱਡੇ ਪੱਧਰ ਤੇ ਰਾਤ ਕਾਰਜ ਜ਼ਰੂਰੀ ਨੇ ਸਾਡੀਆਂ ਸਰਕਾਰਾਂ ਵਾਸਤੇ ਸਾਡੇ ਸਮਾਜ ਸੇਵੀਆਂ ਵਾਸਤੇ ਹਾਲਾਂਕਿ ਸਮਾਜ ਸੇਵੀ ਅਸੀਂ ਲਗਾਤਾਰ ਇਸ਼ਾਨੀਆਂ ਕਰ ਰਹੇ ਹਾਂ ਤਸਵੀਰਾਂ ਕਿ ਸਮਾਜ ਸੇਵੀਆਂ ਦੀ ਬੜੀ ਚੜ੍ਹਦੀ ਕਲਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਮੀਡੀਆ ਦੇ ਰਾਹੀਂ ਔਰ ਸਕਾਰ ਨੂੰ ਬੇਨਤੀ ਕਰਦੇ ਹਾਂ ਫੌਰੀ ਤੌਰ ਤੇ ਕਿਉਂਕਿ ਹੁਣ ਜਿੱਥੇ ਪਾਣੀ ਵੱਡੇ ਰੂਪ ਚ ਇੱਥੇ ਹਟ ਗਿਆ ਇੱਥੇ ਸੜਕਾਂ ਠੀਕ ਠਾਕ ਹੈਗੀਆਂ ਨੇ ਜਿਹੜੀਆਂ ਬੇਛੇ ਦੀ ਟੁੱਟੀਆਂ ਨੇ ਉਹਨਾਂ ਨੂੰ ਮਰਮਤ ਕੀਤੀ ਜਾਵੇ ਔਰ ਰਾਤ ਕਾਰਜ ਅੱਗੇ ਪਹੁੰਚ ਸਕਦੇ ਆ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਸੀਮੈਂਟ ਬੱਜਰੀ ਪਹਚਾਉਣੀ ਹੈ ਜਾਂ ਕੋਈ ਸਮਗਰੀ ਪਹਚਾਉਣੀ ਤੇ ਪਹੁੰਚ ਸਕਦੀ ਏ ਸਰਕਾਰ ਜਲਦ ਹਰਕਤ ਚ ਆਵੇ ਅਸੀਂ ਬੇਨਤੀ ਕਰਦੇ ਆ ਤੇ ਇਸ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਨਾ ਜਿਹੜਾ ਸਾਡਾ ਫੇਸਬੁੱਕ ਪੇਜ ਔਰ YouTube ਚੈਨਲ ਹੈਗਾ ਸਾਡੀ ਤਰਫੀ ਸਾਡੇ ਲੋਕਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ